रुपया सौ ले ली और रैम दे ओ मैं चल आधा किलो दूध भी पियावा ना बड़ा बुढ़ा दांग ना दूध का पीना दांग और तो चौला की है की चौला है ओ ओ परे हो यार उरा चल 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 रो रहा ना पाप बच्चे ने गल नहीं करी थी छापा पूने अरे मैं साहब नु दस देना अपने चुप चल 130 ले ले ओ नहीं है मैं अजदा नहीं है बगैर अद्धा पुत्र 200 में चिकरे जे ना बुलावा साहब नु इधर आ मेरी जान हाय 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 मैं तेरे पिंड गया हां अच्छा तेरे पिंड की यार काम ही जीब होया होया की है ओए होए गड्डी च बैठा गड्डी च कोड़ दे बैठी अच्छा ओड़ दे नाल बच्चा बच्चा मिंट बा मनु वेख करे ओए ओए बच्चे दी मां कहदी बच्चे चुप कर जा वरना तेरे बिल मैं चीमा को दे दूंगी अच्छा मैं उठे पक्का हो के बैठ गया मैं के चीमा आई तो बिस्कुट खाए खाए फिर बच्चे करे ओए ओए कहदी चुप कर जा वरना तेरे बिल मैं चीमा को दे दूंगी अच्छा ओ मां अके क्या साल गई बच्चे नु खवाईया मेनू खवा तेरे चक्कर च मैं तेन स्टाप अगे आ गया ओ थोड़ा जा गया दो थथे आपस में लड़ पा फिर एक थथे नु गाल कर दी अच्छा ओ मैं जफी लोई फिर उन्हें गाल कर दी समोसा खान मैं दुकान ते गया समोसा किने दा कहिंदा चीमा साहब 30 रुपए दा मैं समोसा त्रोड़िया मैनूं समोसे चो बो आई अच्छा मैं दुकानदार नूं गालां कढ़न लग पिया मैं कहा तेरे समोसे खराब ने कहिंदा चीमा साहब इह किवें खराब हो गए ने मैं ते 6 महीने तों किसे नूं हाथ नहीं लाण दित्ता उतो तेरे प्यो ने निका जा बच्चा लिया कुत्ते का अच्छा उन्हें क्या बड़ा होके भूंके करेगा फिर उस साला बड़ा होके गूंगा निकले ते हुण फिर हुण ते राबा कुत्ते दे कोल बह के आप भौंक दे सिर्फ पिंडो ये तला लै के आया तू अच्छा जी मेरी गल सुनी यार आपस की गल है वो जी पिंड तेरी भैन रक्षा लेना नसी सी ਉਹਦਾ ਕੀ ਬਣਿਆ ਉਹ ਪਿੰਡ ਦੀ ਗੱਲ ਹੈ ਨਾ ਪਿੰਡ 'ਚ ਹੀ ਰਹਿਣ ਦੇ ਤੂੰ ਇੱਥੇ ਗੱਲ ਕਰ ਹੀ ਨਾ ਚਲੋ ਮੈਂ ਇੱਥੇ ਨਹੀਂ ਕਰਦਾ ਮੈਂ ਇੱਥੇ ਬੈਠ ਕੇ ਪੁੱਛ ਲੈਂਦਾ ਹਾਂ ਤੈਨੂੰ ਸਮਝ ਨਹੀਂ ਆ ਰਹੀ ਉਹ ਤੂੰ ਮੇਰੇ ਮਾਲਕ ਨੂੰ ਭੈਣ ਦਿੱਤੀ ਹੈ ਮੈਨੂੰ ਨਹੀਂ ਨਹੀਂ ਤੈਨੂੰ ਤੇ ਮੈਂ ਕਾਹਦੀ ਦੇਣੀ ਹੈ ਤੂੰ ਤੇ ਰਖਸ਼ਿਆ ਲੈ ਨੂੰ ਦਿੱਤੀ ਹੈ ਅਬ ਅਗਰ ਤੂੰ ਨਹੀਂ ਦਿੱਤੀ ਉਹ ਆਪ ਹੀ ਨਿਕਲ ਨੂੰ ਕਰ ਗਈ ਹੈ ਚੁੱਪ ਹੋ ਯਾਰ ਪਿੰਡ ਦੀ ਗੱਲ ਹੈ ਪਿੰਡ 'ਚ ਰਹਿਣ ਦੇ ਇਸ ਗੱਲ ਨੂੰ ਦਬਾ ਦੇ ਚਲੋ ਠੀਕ ਹੈ ਆਹੋ ਅਸੀਂ ਇਹ ਗੱਲ ਨੂੰ ਦਬਾਨੇ ਆ ਹਾਂ ਦਬਾ ਆਪੀ ਜੀਵ ਵਾਲੇ ਚੁੱਕਣ ਦੇ ਉਹ ਤੈਨੂੰ ਸਮਝ ਨਹੀਂ ਆ ਰਹੀ ਤੈਨੂੰ ਮੈਂ ਕਹਿ ਰਿਹਾ ਮੇਰੇ ਕੋਲ ਮਾਰ ਨਾ ਖਾਈ ਮਾਲਕ ਦਾ ਸਾਲਾ ਹੈ ਤੂੰ ਤੈਨੂੰ ਕਹਿ ਰਿਹਾ ਜੇ ਪਿੰਡੋਂ ਪਤਾ ਲੱਗ ਗਿਆ ਤੇ ਉੱਥੇ ਰਹਿਣ ਦੇ ਚੱਲ ਦਫਾ ਗਾਲੇ ਛੱਡ ਦੇ ਇਸ ਗੱਲ ਨੂੰ ਤੇਰੀ ਭੈਣ ਸਾਡੀ ਭੈਣ ਆਹ ਇਹਨੇ ਕਹਿ ਤੂੰ ਅੰਦਾਜ਼ ਹੀ ਗੱਲ ਭੈਣਾ ਗੰਦੀਆਂ ਨਿਕਲੀ ਆਉਂਦੀਆਂ ਫੇਰ ਉਹੀ ਗੱਲ ਤੈਨੂੰ ਕਹਿ ਰਿਹਾ ਚੁੱਪ ਹੋ ਜਾ ਇਨਾ ਭੈਣ ਨੂੰ ਮਾਦਾ ਰਖਸ਼ੇ ਚ ਬੈਂਦੀ ਨਾ ਚੁੱਪ ਹੋ ਯਾਰ ਪਿੰਡੋ ਪਿੰਡ ਤੂੰ ਗਿਆ ਕੀ ਲੈਣ ਜ਼ਮੀਨੀ ਕੰਜਲਾ ਦਫਾ ਕਰ ਕੋਈ ਸਰਜੰਟ ਵਾਕਫ ਹੈ ਹੀ ਹੈਗਾ ਫੋਨ ਕਰਕੇ ਉਹਦਾ ਤੇ ਚਲਾਨ ਖੜਾ ਰਖਸ਼ਾ 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 ਸੀਐਨਜੀ ਰਖਸ਼ਾ ਪਰਾਂ ਪੁੱਤ ਸਾਲਿਆ ਤੇਰੀ ਭੈਣ ਕੱਢੀ ਭੈਣਾਂ ਨਸਾਣੀਆਂ ਰਖਸ਼ਾ ਨਾ ਕੁੱਟਣੇ ਚੀਮੇ ਹੈ ਚੁੱਪ ਹੋ ਯਾਰ ਹੁਣ ਐਸੀ ਗੱਲ ਨਾ ਕਰੀ ਇਹ ਨਾ ਆਏ ਮੈਂ ਤੈਨੂੰ ਕੁੱਟ ਕੁੱਟ ਕੇ ਦੇ ਵਿੰਗੀਆਂ ਕਰਦੇ ਆ ਅੱਗੇ ਥੱਲੇ ਆ ਗਿਆ ਮੈਂ ਕਹਿੰਦੇ ਕੈਰੀ ਡੱਬੇ ਦੇ ਆਣਾ ਉਹਦੇ ਥੱਲੇ ਹੀ ਪੜੋ ਹੋਇਆ ਕਿ ਨਿਕਲ ਗਿਆ ਸੀ ਚਾਹ ਯਾਰ ਦਫਾ ਕਰ ਕੋਈ ਗੱਲ ਛੱਡ ਦੇ ਇਹਨਾਂ ਗੱਲਾਂ ਨੂੰ ਚਲੋ ਕੋਈ ਗੱਲ ਮਾਲਕ ਮਾਲਕ ਅੱਛਾ ਗੱਲ ਤੇ ਮਾਲਕ ਹੀ ਰਿਹਾ ਘਰ ਡਿਸ਼ ਲਵਾਈ ਆ ਡਿਸ਼ ਲੱਗੀ ਏ ਮੇਰੇ ਕਮਰੇ 'ਚ ਵੀ ਆ ਰਹੇ ਚੈਨਲ ਸਾਰੇ ਕਿੰਨੇ ਕੁ ਚੈਨਲ ਆਉਂਦੇ ਨੇ 400 ਚੈਨਲ ਆ ਰਹੇ ਆ ਕਿਸੇ ਚੈਨਲ ਤੇ ਨਹੀਂ ਦੱਸਿਆ ਰਕਸ਼ਾ ਦਾ ਲੈ ਕੇ ਕਿੱਦਾਂ ਨੂੰ ਗਿਆ ਇੱਧਰ ਆ
ਇੱਥੇ ਤੂੰ ਮਾਰਨ ਦੇ ਉੱਥੇ ਉਹ ਮਾਰਨ ਦੇ ਤੇਰੀ ਭੈਣ ਚਿਲਾਂ ਅੰਨੀ ਮਾਂ ਦੇ ਆ ਬੱਚਿਆ ਕੀ ਏ ਸਾਲਿਆ ਡਰਾਮੇ ਵਾਲੀ ਐ ਬੋਤਲ ਦੀ ਓਏ ਉਹ ਡਾਇਰੈਕਟਰ ਸਾਹਿਬ ਬੋਤਲ ਬਦਲੋ ਨੇ ਲੰਗੜਾ ਬਦਲੋ ਸਾਲਿਓ ਮੈਂ ਡਰਾਮਾ ਕਰਨ ਆਇਆ ਪੇਸ਼ ਬਣਵਾਉਣ ਆਇਆ ਅੰਨੀ ਮਾਂ ਦਾ ਬੱਚਾ ਸਾਲਾ ਅੱਛਾ ਡਰਾਮੇ ਵਾਲੀ ਐ ਸੀ ਮੈਨੂੰ ਵੀ 16ਵੇਂ ਦਿਨ ਪਤਾ ਲੱਗਾ ਜੀ ਅੰਨੀ ਦਾ ਮੈਨੂੰ ਪਹਿਲੀ ਬੋਤਲ ਦੀ ਪਤਾ ਲੱਗ ਗਿਆ ਕਿ ਲੱਗੀ ਬੋਤਲ ਚੱਲ ਇਹ ਹੁਣ ਦੋਵੇਂ ਚੱਲਣਗੀਆਂ ਇਹ ਦੋਵੇਂ ਚੱਲਣਗੀਆਂ ਆਹੋ ਰੱਖੇ ਤੇ ਮੈਂ ਤੇ ਭਾਈ ਆਪਣੇ ਸ਼ਹਿਰ ਗੁਜਰਾਲੇ ਵਾਪਸ ਟੋਜਣ ਕਿਉਂ ਓਏ ਉੱਥੇ ਸ਼ੇਰੋ ਸ਼ਾਰੀ ਬੜੀ ਹੁੰਦੀ ਆ ਕਹਿੰਦਾ ਪਿੰਡ ਨਾਲ ਪਿੰਡਾ ਖਾ ਗਿਆ ਐ ਹੋਈ ਨਾ ਗੱਲ ਪਿੰਡ ਨਾਲ ਪਿੰਡਾ ਖਾ ਗਿਆ ਓ ਤੇਰੀ ਭੈਣ ਨੂੰ ਰਿਕਸ਼ਾ ਨਾ ਪੈ ਗਿਆ ਤੈਨੂੰ ਪੂਰਾ ਲਾਹੌਰ ਕਹੇਗਾ ਕਿਵੇਂ ਕਹਿੰਦਾ ਬਾਰੀ ਬਰਸੀ ਕੱਟਣ ਗਿਆ ਖੱਟ ਖੱਟ ਕੇ ਲਿਆਂਦਾ ਬਕਸਾ ਤੁਹਾਨੂੰ ਸਾਹਣੇ ਤੁਹਾਡੀ ਮਾਂ ਦੀ ਕਿਸਮ ਤੇ ਇਹਨੂੰ ਨਾ ਕਵੇ ਰਿਕਸ਼ਾ ਜਿਹੜਾ ਵੀ ਕਹੇਗਾ ਪੈਣੀਆਂ ਤੈਨੂੰ ਹੀ ਨੇ ਇੱਥੇ ਇੱਕ ਵਾਰੀ ਤੂੰ ਆ ਕੇ ਖਾਂ ਤੂੰ ਕਹਿੰਦਾ ਚਿੰਗ ਜੀ ਕਹਿੰਦਾ ਰਾਹ ਵਿੱਚ ਕਬਰ ਸੱਸੀ ਦੀ ਆਈ ਕਬਰ ਪਾਰਟੀ ਵਿੱਚੋਂ ਆਵਾਜ਼ ਆਈ ਕਿ ਨਹੀਂ ਕਬਰ ਕਬਰ ਗੂੰਗੇ ਦੀ ਸੀ ਉਹਨੇ ਛੱਡ ਲੱਗਿਆ ਬੜੀ ਮੁਸ਼ਕਲ ਯਾਰ ਉਹਨੂੰ ਮੈਂ ਸਿੱਧਾ ਕੀਤੀ ਬੜੀ ਮੁਸ਼ਕਲ ਭਲਾ ਕਿਵੇਂ ਕੀਤਾ ਉਹ ਮੇਰਾ ਹੱਥ ਨਹੀਂ ਜਾਂਦਾ ਮੈਂ ਕਮਰੇ ਵਾੜ ਕੇ ਛੱਤ ਵਾਲਾ ਪੱਖਾ ਚਲਾ ਦਿੱਤਾ ਮੈਂ ਕਿਹਾ ਆਪ ਹੀ ਹੁੰਦਾ ਫਿਰ ਅੱਛਾ ਯਾਰ ਅੱਛਾ ਫਿਰ ਹੁਣ ਕੀ ਕਰੀਏ ਮੈਨੂੰ ਬਿਠਾਈ ਜਾਂਦਾ ਆਪ ਵੀ ਖਲੋ ਕੇ ਗੱਲ ਕਰ ਲਾ ਤੇ ਤੂੰ ਫੜ ਕੇ ਠਾ ਇੱਥੋਂ ਫੜ ਕੇ ਠਾ ਇਹਨੂੰ ਪਤਾ ਨਾ ਇੱਥੇ ਅੱਜ ਕੀ ਹੋਇਆ ਦੱਸ ਨਾ ਇੱਧਰ ਸਾਹਮਣੇ ਆ ਹੋਇਆ ਕੀ ਸਾਹਮਣੇ ਆ ਕੀ ਹੋਇਆ ਇਹਨੂੰ ਤਾਂ ਪਤਾ ਲੱਗੇ ਉਹ ਕੀ ਹੋਇਆ ਕੀ ਏ ਉਹ ਕੁਝ ਨਹੀਂ ਹੋਇਆ ਸਾਲਿਆ ਉਹ ਕੈਮਰਾ ਲੱਗਿਆ ਹੱਥ ਲਾ ਦੇ ਯਾਰ ਵੈਸੇ ਇੱਕ ਗੱਲ ਹੈ ਕਿ ਸਿਆਣਿਆਂ ਸੱਚ ਕੀ ਕਿਹਾ ਭਲਾ ਮੈਂ ਕੋਈ ਸਿਆਣਾ ਸਿਆਣੇ ਕਹਿੰਦੇ ਨੇ ਇਨਸਾਨ ਤੇ ਬੜੇ ਮੋੜ ਹੁੰਦੇ ਨੇ ਇਨਸਾਨ ਨੂੰ ਜ਼ਿੰਦਗੀ ਦੇ ਦੋ ਮੋੜ ਨਹੀਂ ਭੁੱਲਣੇ ਚਾਹੀਦੇ ਕਿਹੜੇ ਕਿਹੜੇ ਇੱਕ ਸਕੀਮ ਮੋੜ ਇੱਕ ਸਮਨਾਬਾਦ ਮੋੜ ਤੁਸੀਂ ਅੱਜ ਘਰ ਨਹੀਂ ਜਾਣਾ ਕਿਉਂ ਮੈਂ ਜਾਣਾ ਚਲੋ ਜੀ ਬਾਬਾ ਸਾਹਿਬ ਘਰ ਇਕੱਲੇ ਹੀ ਨੇ ਅੰਮੀ ਵੀ ਨੱਸ ਗਈ ਸਿਆਣੇ ਕਹਿੰਦੇ ਨੇ ਕੁੱਤਾ ਪਵੇ ਥੱਲੇ ਪਈਏ ਝੂਠ ਅੱਛਾ ਜੀ ਕੱਲ ਮੈਨੂੰ ਕੁੱਤਾ ਪੈਣ ਗਾ ਮੈਂ ਥੱਲੇ ਬਹਿ ਗਿਆ ਫਿਰ ਕੁੱਤਾ ਵੀ ਆ ਕੇ ਮੇਰੇ ਨਾਲ ਹੀ ਬਹਿ ਗਿਆ ਕੁੱਤਾ ਬੜਾ ਸਮਝਦਾਰ ਸੀ ਉੱਠ ਕੇ ਪੜ੍ਹਨ ਨੂੰ ਚਲਾ ਗਿਆ ਉਹ ਕੁੱਤਾ ਕਿਸੇ ਕੁੱਤੀ ਨਸਲ ਦਾ ਹੀ ਫਿਰ ਆ ਕੇ ਚੀਮੇ ਦੇ ਨਾਲ ਹੀ ਬਹਿ ਗਿਆ ਕੀ ਨਵੀਂ ਖ਼ਬਰ ਕੀ ਨਵੀਂ ਖ਼ਬਰ ਖ਼ਬਰ ਇਹ ਕਿ ਤੁਹਾਡਾ ਹੁਣ ਲੈ ਇਲਾਜ ਕੀ ਮੇਰੇ ਸਾਹਿਬ ਨੇ ਦੂਸਰਾ ਵਿਆਹ ਕਰ ਲਿਆ ਇਹ ਨਹੀਂ ਹੋ ਸਕਦਾ ਤੁਸੀਂ ਵੀ ਇਦੋਂ ਦਫਾ ਹੋਗੇ ਤੇ ਤੁਹਾਡੀ ਭੈਣ ਵੀ ਇਦੋਂ ਦਫਾ ਹੋਏਗੀ ਜਿੰਨੀ ਦੇ ਸਾਰੀ ਜ਼ਿੰਦਗੀ ਹੈ ਸਾਡੀ ਭੈਣ ਇੱਥੇ ਰਹੇਗੀ ਤੇ ਅਸੀਂ ਵੀ ਇੱਥੇ ਰਹਾਂਗੇ ਮੈਂ ਆਪਣੀ ਭੈਣ ਨੂੰ ਲਵਾਂ ਜਦੋਂ ਤੇਰੀ ਭੈਣ ਹੀ ਨਹੀਂ ਰਹਿਣੀ ਤੂੰ ਕਿੱਥੋਂ ਰਹਿਣਾ ਤੇ ਤੇਰੀ ਬੜੀ ਰਹਿ ਪਈ ਏ ਹੈ ਅਦਬੀ ਗੱਲ ਵੀ ਕਰਨੀ ਚਾਹੀਦੀ ਹੈ ਕਹਿੰਦਾ ਰਾਹ ਰਾਹ ਜਾਈਏ ਤੇ ਮੋੜੀ ਅਰੇ ਕਿਉਂ ਰਾਹ ਰਾਹ ਜਾਈਏ ਤੇ ਮੋੜੀ ਅਰੇ ਕਿਉਂ ਪੁੱਤਰ ਹੋਵੇ ਚੰਗਾ ਤੇ ਨੂੰਹ ਲੜੇ ਕਿਉਂ
तवा होवे चंगा ते रोटी सड़े क्यों भैन होवे।